सब नू जीयां नू पंजाबी दरबार ते तां सब नाल भरी होई हकीकत मबनी तहरीर असी कौम कदी नहीं बन सकते। खैबर पख्तूनख्वा बलूचिस्तान सिंध दे लोकां दी नफसियात इस विच सांझियां ते पंजाब तो बिल्कुल वखरियां ने। इहदी वजह इत्थों दे वसनीकां दी अक्सरियत दा तलक बहादुर जंगजू कबीलां नाल ऐ। इहो वजह है कि ये लोग खुद ते होर जगह कब्जा करन दा जरूर सोचणगे पर अपनी कब्जा कीती धरती ते किसी होर नूं वसण नहीं देणगे। खैबर पख्तूनख्वा जिवें कि साडे पठान वीर शुरू दे कदी गौरी कदी गाजनवी कदी अब्दाली बन के सलाम दी जंगा करदे ते अगा वधदे आए ने। इहो वजह है कि जदों दियां उहनां ते बिरूनी सरहदां बंद होईआं ने ਉਹ ਆਪਸ ਵਿੱਚ ਜਹਾਦ ਤੇ ਇਸਲਾਮ ਦੀ ਜੰਗ ਕਰ ਰਹੇ ਨੇ। ਜਿਉਂ ਤੱਕ ਇਹਨਾਂ ਨੂੰ ਗੌਰੀ ਗਾਜ਼ਨਵੀ ਵਾਲੀ ਸੋਚ ਵਿੱਚੋਂ ਨਹੀਂ ਕੱਢਿਆ ਜਾਂਦਾ ਉੱਥੇ ਕਦੀ ਅਮਨ ਨਹੀਂ ਆਏਗਾ। ਬਲੋਚਿਸਤਾਨ ਤੇ ਸਿੰਧ ਬਲੋਚਿਸਤਾਨ ਦੇ ਸਿੰਧ ਵਿੱਚ ਤਿੰਨ ਗਰੁੱਪ ਨੇ ਇੱਕ ਉਹ ਬਲੋਚ ਬਰੋਈ ਤੇ ਜਾਤ ਨੇ ਜਿਹੜੇ ਇਸ ਖਿੱਤੇ ਦੇ ਵਸਨੀਕ ਨੇ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ ਤੱਕ ਨੇ ਅਤੇ ਦੂਜੇ ਇਰਾਨੀ ਬਲੋਚ ਅਫਗਾਨੀ ਅਤੇ ਅਰਬੀ ਕਬਜ਼ਾਗੀਰ ਨੇ। ਕਬਜ਼ਾਗੀਰਾਂ ਦਾ ਕੰਮ ਦੂਜੀਆਂ ਕੌਮਾਂ ਨੂੰ ਕੱਢਣਾ ਹੁੰਦਾ ਹੈ ਵਸਾਉਣਾ ਨਹੀਂ ਹੁੰਦਾ। ਇਹੋ ਵਜ੍ਹਾ ਹੈ ਕਿ ਇਹਨਾਂ ਕਦੀ ਵੀ ਕਿਸੇ ਦੂਜੀ ਕੌਮ ਨੂੰ ਇਸ ਧਰਤੀ 'ਤੇ ਰਹਿਣ ਨਹੀਂ ਦਿੱਤਾ। ਹਿੰਦੂਆਂ ਤੋਂ ਮੁਸਲਮਾਨ ਹੋਣ ਵਾਲੇ ਜਾਟ ਅਤੇ ਰਾਜਪੂਤ ਅੱਜ ਵੀ ਮਹਾਜਰ ਨੇ ਅਤੇ ਸ਼ਾਹ ਇਰਾਨੀ ਅਰਬੀ ਅਸਲ ਸਿੰਧੀ ਹੈ। ਕਬਜ਼ਾਗੀਰ ਵਡੇਰੇ ਨਵਾਬ ਬਣ ਕੇ ਆਵਾਮ ਕੋਲੋਂ ਆਪਣੀ ਗੁਲਾਮੀ ਕਰਵਾਉਂਦੇ ਨੇ। ਜਦੋਂ ਕੋਈ ਹਕੂਮਤ ਇਹ ਵਡੇਰਾ ਸ਼ਾਹੀ ਨਵਾਬਗਰਦੀ ਖਤਮ ਕਰਨਾ ਚਾਹੁੰਦੀ ਹੈ ਤਾਂ ਇਹ ਵਡੇਰੇ ਤਾਂ ਨਵਾਬ ਆਪਣੇ ਗੁਲਾਮਾਂ ਕੋਲੋਂ ਬਗਾਵਤ ਕਰਵਾ ਦਿੰਦੇ ਨੇ। ਅਗਰ ਇਹਨਾਂ ਦੀਆਂ ਬਗਾਵਤਾਂ ਹਕੂਕ ਵਾਸਤੇ ਹੁੰਦੀਆਂ ਤਾਂ ਇਹ ਕਿਵੇਂ ਹੋ ਸਕਦਾ ਸੀ ਕਿ ਜਦੋਂ ਨਵਾਬ ਵਡੇਰੇ ਕਹਿਣ ਬਗਾਵਤ ਸ਼ੁਰੂ ਹੋ ਜਾਵੇ ਜਦੋਂ ਕਹਿਣ ਬੰਦ ਹੋ ਜਾਵੇ। ਅਗਰ ਇਹ ਬਹਾਦਰ ਗੈਰਤਮੰਦ ਆਪਣੇ ਹਕੂਕ ਦੀ ਲੜਾਈ ਲੜਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਵਡੇਰਾ ਸ਼ਾਹੀ ਨਵਾਬਗਰਦੀ ਖਤਮ ਕਰਦੇ। ਪੰਜਾਬ ਵਿੱਚ ਪੰਜਾਬ ਦੇ ਅਸਲ ਵਸਨੀਕ ਬਹੁਤ ਘੱਟ ਨੇ। ਇਹਦੀ ਇੱਕ ਵਜ੍ਹਾ ਤਾਂ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਸਭ ਦੀ ਪੰਜਾਬੀ ਮੁਖਾਲਫ ਪਲੀਸੀ ਰਹੀ ਹੈ। ਪਹਿਲੇ ਸੰਧੂ ਸਪਤ ਨੂੰ ਤੋਂ ਪੰਜਾਬ ਬਣਾਇਆ, ਫਿਰ ਮੁਖਤਲਿਫ ਕੌਮਾਂ ਆਬਾਦ ਕਰਵਾ ਕੇ ਪੰਜਾਬੀਆਂ ਦੀ ਤਾਕਤ ਨੂੰ ਤਕਸੀਮ ਕੀਤਾ। ਦੂਜੀ ਵਜ੍ਹਾ ਪੰਜਾਬੀਆਂ ਦੀ ਇਨਸਾਨੀਅਤ ਨਾਲ ਮੁਹੱਬਤ ਅਤੇ ਆਲਾ ਦਰਫੀ ਹੈ। ਦੁਨੀਆ ਜਹਾਨ ਦੇ ਅਤੇ ਬਰੇ ਸਗੀਰ ਦੇ ਮਜ਼ਲੂਮ ਇੱਥੇ ਆਬਾਦ ਹੋਏ ਨੇ। ਜਿਸ ਨੂੰ ਕਿਸੇ ਸੂਬੇ ਰਿਆਸਤ ਦੇ ਤਾਕਤਵਾਰਾਂ ਨੇ ਕੱਢ ਦਿੱਤਾ, ਉਹ ਪਨਾਹ ਵਾਸਤੇ ਸਿੱਧਾ ਪੰਜਾਬ ਆਇਆ। ਤੀਸਰੀ ਵਜ੍ਹਾ ਪੂਰੇ ਬਰੇ ਸਗੀਰ ਵਿੱਚ ਲਾਲਚੀ ਲੋਕਾਂ ਦਾ ਇੱਥੇ ਡੇਰੇ ਜਮਾਣਾ ਹੈ। ਪੰਜਾਬ ਨੂੰ ਤੋੜਨ ਵਿੱਚ ਵੀ ਵੱਡਾ ਹੱਥ ਇਹਨਾਂ ਲਾਲਚੀਆਂ ਦਾ ਸੀ। ਪੰਜਾਬ ਤੋੜ ਕੇ ਇਹਨਾਂ ਲਾਲਚੀਆਂ ਖੂਬ ਜ਼ਮੀਨਾਂ ਬਣਾਈਆਂ। ਸੁਣਿਆ ਪੰਜਾਬ ਹਾਲੇ ਵੀ ਕਾਬੂ ਨਹੀਂ ਹੋ ਰਿਹਾ, ਹੁਣ ਇਹਨੂੰ ਤਕਸੀਮ ਕਰਕੇ ਪੰਜਾਬੀਆਂ ਨੂੰ ਪੰਜਾਬੀ ਦੁਆਬੀ ਸਰੈਕੀ ਪੋਠਵਾਰੀ ਕਸ਼ਮੀਰੀ ਮਾਝਵੇ ਤਕਸੀਮ ਕਰਕੇ ਹਕੂਕ ਦੇ ਨਾਂ 'ਤੇ ਮਸਲਾ ਤਨਜ਼ੀਮਾਂ ਬਣਾ ਲਈਆਂ ਜਾਣਗੀਆਂ। ਬੁਗਲ ਤਾਂ ਸਭ ਨਾਲ ਭਰਿਆ ਪਰ ਸੱਚਾ ਅਤੇ ਰੱਬ ਰਾਖਾ ਫੀ ਮਾਨੁੱਲਾ। ਮਿਲਦੇ ਹਾਂ ਅਗਲੀ ਵੀਡੀਓ 'ਚ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਅਤੇ ਤਹਿਰੀਰ ਸੀ ਜਨਾਬ ਅਬਦੁਲ ਵਹੀਦ ਬਾਜਵਾ ਸਾਹਿਬ ਦੀ।